ਲਓ ਜੀ ਨਾਦਰੀ ਨਸੀਹਾ ਜਿਹੜਾ ਇੱਕ ਛੋਟਾ ਜਿਹਾ ਚੰਕ ਪੇਸ਼ ਕਰਨ ਲੱਗਿਆ, ਹੁਣੇ ਆਈਡੀਆ ਆਇਆ ਸੀ ਤੁਹਾਡੇ ਸਾਹਮਣੇ ਪਹਿਲੇ ਜਦੋਂ ਬੈਠੇ, ਅਤੇ ਇਹਦੇ 'ਚ ਤੁਸੀਂ ਬਿਲਕੁਲ ਇਹ ਨਹੀਂ ਸੋਚਣਾ ਕਿ ਯਾਰ ਅਸੀਂ ਕਿਸੇ ਦੀ ਕੋਈ ਦਿਲੋਜ਼ਾਰੀ ਕਰ ਰਹੇ ਹਾਂ, ਅਸੀਂ ਜਸਟ ਫਨ ਕ੍ਰੀਏਟ ਕੀਤਾ, ਉਹਦੇ ਲਈ ਸਾਨੂੰ ਇੱਕ ਟੋਪਿਕ ਲੱਭ ਗਿਆ ਅਤੇ ਅਸੀਂ ਉਹਨੂੰ ਯੂਜ਼ ਕਰਕੇ ਅਸੀਂ ਜਸਟ ਫਨ ਕ੍ਰੀਏਟ ਕੀਤਾ। ਬਾਕੀ ਜਿਹੜਾ ਸਾਡੇ ਇਮਰਾਨ ਖਾਨ ਸਾਹਿਬ ਜਿਹਨਾਂ ਲੋਕਾਂ ਨੇ ਸਾਨੂੰ ਸਾਡੀ ਕੌਮ 'ਤੇ ਇਹ ਮਿਹਰਬਾਨੀ ਕੀਤੀ, ਉਹਨਾਂ ਦੀਆਂ ਨਸਲਾਂ 'ਤੇ ਉਹਨਾਂ ਨੇ ਅਹਿਸਾਨ ਕੀਤਾ, ਉਹ ਕਿਸ ਤਰ੍ਹਾਂ ਕਿ ਅਗਰ ਅੱਜ ਕਰੋਨਾ ਤੋਂ ਜਾਨਾਂ ਬਚਣਗੀਆਂ, ਲੋਕ ਬਚਣਗੇ, ਤਾਂ ਉਹਨਾਂ ਦੀਆਂ ਨਸਲਾਂ ਵਧਣਗੀਆਂ, ਔਰ ਉਹਨਾਂ 'ਤੇ ਉਹਨਾਂ ਦਾ ਲੋਕਾਂ ਦਾ ਮੁਹੱਬਤ, ਪਿਆਰ, ਅਹਿਸਾਨ, ਹਮਦਰਦੀ ਉਹਨਾਂ ਨੇ ਕੀਤੀ ਹੈ, ਉਹ ਸਾਡੇ ਸਿਰ ਮੱਥੇ 'ਤੇ ਸਾਡੇ ਸਾਰਿਆਂ ਨਾਲੋਂ, ਸਾਡੇ ਪੂਰੇ ਪਾਕਿਸਤਾਨ ਵੱਲੋਂ ਉਹਨਾਂ ਲੋਕਾਂ ਦਾ ਬਹੁਤ ਸ਼ੁਕਰੀਆ। ਖਾਸ ਤੌਰ 'ਤੇ ਇਮਰਾਨ ਖਾਨ ਸਾਹਿਬ ਦਾ ਬਹੁਤ ਸ਼ੁਕਰੀਆ, ਜਿਨ੍ਹਾਂ ਜਿਹੜੇ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਾ ਬਹੁਤ ਸ਼ੁਕਰੀਆ, ਔਰ ਅਸੀਂ ਤਾਂ ਇਹੀ ਕਹਿ ਸਕਾਂਗੇ ਕਿ ਤੁਸੀਂ ਆਪਣਾ ਬਹੁਤ ਬਹੁਤ ਖਿਆਲ ਰੱਖੋ, ਔਰ ਇਹ ਜਿਹੜਾ ਚੰਕ ਅਸੀਂ ਹੁਣ ਕਰਨ ਲੱਗੇ, ਜਿਹੜਾ ਹੁਣ ਤੁਸੀਂ ਦੇਖੋਗੇ, ਇਹਦੇ 'ਤੇ ਪਲੀਜ਼ ਤੁਹਾਡੀ ਮਿਹਰਬਾਨੀ ਆ, ਮਤਲਬ ਇਹਨੂੰ ਉਸ ਤਰ੍ਹਾਂ ਨਹੀਂ ਦੇਖਣਾ, ਉੱਦਾਂ ਤਨਕੀਦ ਅਗਰ ਕਰਨੀ ਹੈ ਤਾਂ ਉਹ ਤਾਂ ਤੁਸੀਂ ਜਿਸ ਅੱਲਾ ਮਾਫੀ ਦੇ ਵਿੱਚ ਜਿਸ ਮਰਜ਼ੀ ਕਰ ਲਓ, ਲੇਕਿਨ ਜਸਟ ਫਨ ਆ, ਸਿਰਫ ਫਨ ਆ, ਇਸ ਤੋਂ ਇਲਾਵਾ ਕੁਛ ਨਹੀਂ। ਇਹ ਫਨ ਆ, ਹੋਰ ਇਹ ਕੀ ਆ, ਕੀ ਹੈ, ਕੁਛ ਵੀ ਨਹੀਂ। ਬਹੁਤ ਸ਼ੁਕਰੀਆ ਤੁਹਾਡਾ। ਗੱਲ ਇਹ ਆ ਜੀ ਕਿ ਆ ਹੁਣੇ ਤੁਸੀਂ ਸੁਣਿਆ ਕਿ ਮਿੱਠਾ ਸਾਹਿਬ ਨਾਲ ਅਸੀਂ ਟਰਾਈ ਕਰਨ ਲੱਗੇ ਹਾਂ, ਮਿੱਠਾ ਸਾਹਿਬ ਨੂੰ ਵੀ ਬਹੁਤ ਲੋੜ ਆ ਪੈਸਿਆਂ ਦੀ, ਇਮਦਾਦ ਦੀ, ਅਤੇ ਕੀ ਤੁਹਾਡਾ ਕਿੰਨੇ ਕੁ ਪੈਸੇ ਚਾਹੀਦੇ, ਕੀ ਹੋਣ ਵਾਲਾ ਤੁਹਾਡਾ, ਦੱਸੋ ਮੈਨੂੰ ਪਹਿਲੇ। ਪੈਸੇ ਤਾਂ ਕੋਈ ਐਡੇ ਜ਼ਿਆਦਾ ਨਹੀਂ ਚਾਹੀਦੇ। ਹਾਂਜੀ, ਪੈਸੇ ਤਾਂ ਮੈਨੂੰ ਥੋੜ੍ਹੇ ਜਿਹੇ ਚਾਹੀਦੇ ਆ, ਤਕਰੀਬਨ ਛੱਤ ਵੀ ਰਹਿੰਦੀ ਮਕਾਨ ਦੀ ਪਾਉਣ ਵਾਲੀ। ਅੱਛਾ। ਅਤੇ ਚਾਰੇ ਦੀਵਾਰਾਂ ਵੀ ਰਹਿੰਦੀਆਂ। ਅੱਛਾ। ਅਤੇ ਜਗ੍ਹਾ ਜਿਹੜੀ ਆ ਉਹ ਤਾਂ ਅੱਲਾ ਦੀ ਰਹਿਮਤ ਨਾਲ ਲਾਈ ਦੇਣੀ ਮੈਨੂੰ ਆਵਾਮ ਨੇ। ਹਾਂ, ਠੀਕ ਹੋ ਗਿਆ। ਅਤੇ ਬਾਕੀ ਸਾਧੂ ਸਮਾਨ ਜਿਹੜਾ ਸ਼ਾਦੀ ਵੀ ਕਰਨੀ, ਉਹਦੇ ਵਾਸਤੇ ਵੀ ਕੋਈ 47-48 ਲੱਖ ਰੁਪਏ ਦੀ ਜ਼ਰੂਰਤ ਆ। ਅੱਛਾ ਜੀ, 48 ਲੱਖ ਰੁਪਈਆ ਤੁਹਾਡਾ, ਤੁਹਾਨੂੰ ਚਾਹੀਦਾ ਵਾ। ਹਾਂਜੀ, ਇਹ ਹੁਣ ਤੁਸੀਂ ਦੇਖੋ ਨਾਦਰੀਨ, ਤੁਸੀਂ ਇਮਰਾਨ ਖਾਨ ਸਾਹਿਬ ਨੂੰ ਵੀ ਕਰੋੜਾਂ ਰੁਪਈਆ ਮਤਲਬ ਸਾਡੇ ਮੁਲਕ ਵਾਸਤੇ ਇਕੱਠਾ ਹੋਇਆ, ਅਤੇ ਅੱਲਾ ਹੋਰ ਕਰੇ, ਅਤੇ ਇਹ ਜਿਹੜਾ ਆਪਣਾ ਕੀ ਇਹਨੂੰ ਕਹਿੰਦੇ ਨੇ ਮਿੱਠਾ ਸਾਹਿਬ ਵੀ ਸਾਡੇ ਸ਼ਹਿਰੀ ਨੇ, ਇਹਨਾਂ ਨੂੰ ਵੀ ਚਾਹੀਦਾ ਕੁਛ। ਅਤੇ ਬਿਸਮਿਲਾ ਕਾਲ ਤੁਹਾਡਾ ਨੰਬਰ ਚੱਲ ਰਿਹਾ ਥੱਲੇ, ਅਤੇ ਤੁਸੀਂ ਕਾਲਾਂ ਕਰਨੀਆਂ ਨੇ, ਅਤੇ ਤੁਸੀਂ ਉੱਤੇ ਮਤਲਬ ਜੋ ਵੀ ਤੁਸੀਂ ਹੱਸਬੇ ਤੁਹਾਨੂੰ ਬਣਦਾ ਤੁਸੀਂ ਦਿਓ। ਪਿਆਰ ਕਰਦੇ ਮੇਰੇ ਨਾਲ, ਇਨਸ਼ਾਅੱਲਾ ਮੈਨੂੰ ਉਮੀਦ ਆ ਕਿ ਅੱਛਾ ਕੋਈ ਹੋਰ ਵੀ ਕੋਈ ਚੀਜ਼, ਕੋਈ ਐਸੀ ਕੋਈ ਮਤਲਬ ਲੈਣ ਵਾਲਾ ਤਾਂ ਬੜਾ ਕੁਛ ਆ, ਲੇਕਿਨ ਬਿਸਮਿਲਾ ਹੋਲੋ ਤਾਂ ਫਿਰ ਮਾਸਤਾ ਆਸਤਾ ਯਕਦਮ ਦੱਸ ਕੇ ਵਾਂ ਨੂੰ ਡਰਾਉਣਾ ਨਹੀਂ ਚਾਹੁੰਦਾ। ਓਕੇ, ਮੈਂ ਕਹਿੰਦਾ ਸਾਡਾ ਕਾਲ ਆ ਗਈ ਪਹਿਲੀ। ਦੇਖੋ ਲੋਕ ਕਿੰਨਾ ਤੁਹਾਡਾ ਮੁਹੱਬਤ ਕਰਦੇ ਨੇ, ਇਹ ਅੱਲਾ ਦਾ ਕਰਮ ਆ। ਤਰਸਦੇ ਪਏ ਨੇ ਕਿ ਯਾਰ ਮਿੱਠਾ ਕਿਤੇ ਸਾਨੂੰ ਕੋਈ ਆਰਡਰ ਲਾਵੇ, ਤੁਹਾਡਾ ਪਿਆਰ ਆ, ਵਾਮ ਦਾ ਪਿਆਰ ਆ ਜਿਹੜਾ ਸਾਰਾ ਜੀ ਫੈਲਿਆ ਹੈ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਜਨਾਬ। ਕੌਣ ਸਾਹਿਬ ਜੀ ਸਾਡੇ ਨਾਲ? ਮੈਂ ਜਨਾਬ ਡਾਕਟਰ ਅਨੀਸੁਰ ਰਹਿਮਾਨ ਇਟਲੀ ਤੋਂ ਜੀ। ਡਾਕਟਰ ਅਨੀਸੁਰ ਰਹਿਮਾਨ ਇਟਲੀ, ਪਾਇਨ ਇਟਲੀ ਤੋਂ ਤੁਸੀਂ ਬਚੇ ਜੇ? ਹਾਂਜੀ ਯਾਰ, ਮੈਂ ਉਹਦੇ ਲਾਗੇ ਇੱਕ ਇਟਲੀ ਦਾ ਪਿੰਡ ਆ ਜੀ, ਮੈਂ ਉੱਥੋਂ ਮਤਲਬ ਕਿ ਬੋਲ ਰਿਹਾ ਜੀ। ਇਟਲੀ 'ਚ ਤਾਂ ਭੈਣ ਮੈਂ ਸੁਣਿਆ ਉੱਥੇ ਅੱਲਾ ਮਾਫੀ ਦੇਵੇ ਕਰੋਨਾ ਨੇ ਅਖੀਰ ਕੀਤੀ ਪਈ ਆ। ਹਾਂਜੀ ਹਾਂਜੀ ਬਾਜੀ, ਉਹ ਬੇਇਤਿਆਤੀਆਂ ਦਾ ਨਤੀਜਾ ਜਨਾਬ। ਅੱਛਾ ਸਰ, ਤੁਸੀਂ ਇਹ ਦੱਸੋ ਵੀ ਹੁਣ ਤੁਸੀਂ ਮਾਮਲਾ ਸੁਣ ਲਿਆ ਸਾਰਾ? ਹਾਂਜੀ ਹਾਂਜੀ। ਮਿੱਠਾਪੁਰੀਆ ਸਾਹਿਬ ਜਿਹੜੇ ਨੇ ਇਹ ਮਤਲਬ ਕਾਪੀ ਕਰ ਰਹੇ ਨੇ ਆਪਣੀ ਵੱਲੋਂ ਇਮਰਾਨ ਖਾਨ ਦੀ, ਅਤੇ ਇਮਰਾਨ ਖਾਨ ਨੇ ਤਾਂ ਮੁਲਕ ਵਾਸਤੇ ਇਕੱਠੇ ਕੀਤੇ, ਸਾਡੇ ਵਾਸਤੇ, ਸਾਡੇ ਗਰੀਬਾਂ ਵਾਸਤੇ, ਜਿਹੜੇ ਮੁਲਕ ਦੇ ਹਾਲਾਤ ਵਾਸਤੇ। ਇਹਦੇ ਭੈਣ ਨੂੰ ਇਹ ਵੀ ਮਾੜਾ ਬੰਦਾ, ਇਹਦੇ ਘਰ ਦੀ ਇਹਨੂੰ ਲੋੜ ਪੈ ਗਈ, ਘਰ ਦੀ ਛੱਤ ਵੀ ਹੈ ਨਹੀਂ, ਥੱਲੇ ਫਿਰ ਦੀਵਾਰਾਂ ਵੀ ਹੈ ਨਹੀਂ। ਮੈਂ ਜਨਾਬ ਇਹਨਾਂ ਨੂੰ ਦਿਆਂਗਾ ਜੀ ਜੀ ਕੀ ਇੱਕ ਮਰਤਬਾਨ ਆ ਜੀ ਸ਼ੀਸ਼ੇ ਦਾ ਖਾਲੀ, ਉਹ ਮੈਂ ਜਨਾਬ ਇਹਨਾਂ ਨੂੰ ਭੇਜਾਂਗਾ, ਔਰ ਆਖਰੀ ਮਰਤਬਾਨ ਨਹੀਂ ਭੇਜਾਂਗਾ। ਅੱਛਾ, ਉਹਦੇ 'ਚ ਪੈਸੇ ਡਾਲਰ ਯਾਨੀ ਉੱਥੇ ਇਟਲੀ ਦੇ ਪੈਸੇ ਪਾ ਕੇ ਤੁਸੀਂ ਭੇਜੋਗੇ? ਨਹੀਂ ਨਹੀਂ ਜਨਾਬ, ਪੈਸੇ ਨਹੀਂ ਮੈਂ ਪਾ ਕੇ ਭੇਜਣਾ, ਮੈਂ ਇਕੱਲਾ ਤੇਲ ਭੇਜਣਾ, ਮੈਂ ਆਂਬੇ ਆਪ ਹੋਣ। ਭਾਜੀ ਮਾਸ਼ਾਅੱਲਾ, ਅੱਲਾ ਤੁਹਾਡਾ ਜਜ਼ਬਾ ਸਲਾਮਤ ਰੱਖੇ, ਤੁਸੀਂ ਇਟਲੀ ਤੋਂ ਬਚੇ ਕਿਉਂ ਯਾਰ? ਉਹ ਅੱਲਾ ਵਧੀ ਸੀ ਉਹਨਾਂ ਦੀ। ਨਹੀਂ ਨਹੀਂ, ਮੇਰੇ ਵਾਸਤੇ ਇਹਨਾਂ ਕੁਛ ਵਧੀਆ ਨਹੀਂ, ਉਹਨਾਂ ਦੀ ਵਧੀ ਆ ਮਾਸ਼ਾਅੱਲਾ। ਉਹਨਾਂ ਦੇ ਨਾ ਅੰਦਰੋਂ ਜਿਸ ਤਰ੍ਹਾਂ ਦਿਲ ਨਹੀਂ ਵੱਜ ਜਾਂਦਾ, ਜਿਗਰ ਵੱਜ ਜਾਂਦਾ, ਗੁਰਦਾ ਵੱਜ ਜਾਂਦਾ, ਇੱਦਾਂ ਜਿਸਮ 'ਚ ਇੱਕ ਚੀਜ਼ ਹੁੰਦੀ, ਉਹ ਇਹਨਾਂ ਦੀ ਕਾਫੀ ਵਧੀ ਹੈ ਮਾਸ਼ਾਅੱਲਾ। ਚਲੋ, ਔਰ ਉਹ ਬਾਹਰੋਂ ਹੀ ਨਜ਼ਰ ਆ ਜਾਂਦੀ, ਤੁਰੇ ਜਾਂਦੇ ਹੁਣ ਨਾ। ਅੱਛਾ ਅੱਛਾ। ਔਰ ਮਰਤਬਾ ਜੀ ਇੱਕ ਗੱਲ ਹੈ ਜੀ ਜੀ ਜੀ, ਉਹਦਾ ਟੱਕਰ ਨਹੀਂ ਹੈਗਾ ਜਨਾਬ। ਉਹ ਤਾਂ ਠੀਕ ਆ ਨਾ, ਚਲੋ ਖੈਰ। ਅੱਛਾ ਅੱਛਾ ਜੀ, ਇੱਕ ਮਰਤਬਾਨ, ਇੱਕ ਅਦਦ ਬਿਸਮ ਯਾਰ ਬੋਣੀ ਤੇ ਕਰਨਾ। ਚਲੋ ਸਰ, ਠੀਕ ਆ। ਇੱਕ ਅਦਦ ਮਰਤਬਾ, ਮਰਤਬਾ, ਇੱਕ ਮਰਤਬਾ, ਇੱਕ ਮਰਤਬਾ, ਇੱਕ ਮਰਤਬਾਨ। ਲਓ ਜੀ ਸਰ, ਬਹੁਤ ਹੋਰ ਕੋਈ ਚੀਜ਼ ਸਰ? ਨਹੀਂ ਜੀ, ਬਸ ਉਹ ਤਾਂ ਥੱਲੇ ਨਾ ਇੱਕ ਮੋਰੀ ਵੀ ਹੋਈ ਹੈ ਮਰਤਬਾਨ ਤੇ। ਹਾਂਜੀ ਹਾਂਜੀ, ਲੱਤਾਂ ਵੀ ਲੱਗੀਆਂ ਦੋ। ਓਕੇ ਜੀ, ਨਹੀਂ ਮਾਸ਼ਾਅੱਲਾ, ਐਡਾ ਡੈਮੇਜ ਮਰਤਬਾ ਤੁਸੀਂ ਮੈਨੂੰ ਦੇ। ਉੱਥੇ ਤੂੰ ਐਲਫੀ ਲਾ ਲਈ ਨਾ ਥੋੜੀ ਜੀ, ਆਉਣ ਤੇ ਦੇ ਨਾ। ਨਹੀਂ ਚਲੋ, ਚਾਰ ਨਾ ਪਾਇਆ, ਮੈਂ ਉਹ ਕੋਲੇ ਪਾ ਲਿਆ ਕਰੂੰ ਸਰਦੀਆਂ ਨੂੰ। ਉਹ ਤੂੰ ਕੋਲੇ ਹੋ ਕੇ ਪਾ ਲਈ ਜਿੱਦਾਂ ਮਰਜ਼ੀ ਥੱਲੇ ਰੱਖਣ ਵਾਸਤੇ। ਬਸ ਜੀ ਮਾਸ਼ਾਅੱਲਾ ਜੀ ਸਰ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ ਤੁਹਾਡਾ। ਦੂਜੀ ਕਾਲ ਲੈਂਦੇ ਹਾਂ ਜਨਾਬ। ਨਹੀਂ, ਦੂਜੀ ਕਾਲ ਲਵੋ ਮਾਸ਼ਾਅੱਲਾ, ਬਹੁਤ ਮਿਹਰਬਾਨੀ, ਸ਼ੁਕਰੀਆ ਪਨ ਮੈਂ ਦਾ ਤਹਿ ਦਿਲ ਤੋਂ ਮਸ਼ਕੂਰ ਹਾਂ, ਬਹੁਤ ਸ਼ੁਕਰੀਆ ਪਨ, ਤੁਹਾਡਾ ਕਸਾ ਲਵੇਟੇ ਬਾਂਦਰ ਦਾ ਮੂੰਹ ਆ। ਨਹੀਂ, ਤੁਸੀਂ ਮਾਸ਼ਾਅੱਲਾ ਬਹੁਤ ਇਮਦਾਦ ਕੀਤੀ, ਬਹੁਤ ਸ਼ੁਕਰੀਆ ਪਨ ਤੁਹਾਡਾ। ਲਓ ਜੀ ਦੂਜੀ ਕਾਲ, ਉਹ ਦੂਜੀ ਕਾਲ ਵੀ ਆ ਗਈ ਸਾਡੀ, ਕਾਲਾਂ ਤੇ ਕਾਲਾਂ ਵੱਜ, ਤੈਨੂੰ ਅੱਜ ਖਰਬਾਂ ਰੁਪਈਆ ਇਕੱਠਾ ਹੋਣਾ ਜੀ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜਨਾਬ। ਕੌਣ ਸਾਹਿਬ, ਕਿੱਥੋਂ ਬੋਲ ਰਹੇ ਜੀ? ਮੈਂ ਜੀ
ਬਹੁਤ ਵੱਡੀ ਦੁਕਾਨ ਆ ਭਾਜੀ। ਅੱਛਾ ਥੋਕ? ਥੋਕ ਵਜਾ ਕੇ ਮਾਸ਼ਾਅੱਲਾ ਹੋਲਸੇਲ। ਓਕੇ ਲਓ ਜੀ, ਥੋੜਾ ਹੋਲਸੇਲ ਹੋ ਕੇ ਨਾ ਤੇ ਸਾਨੂੰ ਦੱਸ ਦਿਓ ਵੀ ਤੁਸੀਂ ਕੀ ਦਿਓਗੇ ਇਹਨਾਂ ਨੂੰ। ਮੈਂ ਜਨਾਬ ਇਹਨਾਂ ਨੂੰ, ਮੇਰੇ ਕੋਲ ਪਾਪੜ ਹੁੰਦੇ ਨੇ ਜੀ ਦੁਕਾਨ 'ਚ, ਉਹ ਮੈਂ ਇਹਨਾਂ ਨੂੰ ਖਰਾਦ ਕਰਨੀ ਚਾਹੁੰਦਾ ਜਨਾਬ। ਸਰ ਪਾਪੜ ਤੇ ਇੱਥੇ ਹੁੰਦੇ ਤਾਂ ਕੋਈ ਹੋਰ ਚੀਜ਼ ਤੁਸੀਂ ਕੋਈ ਦੱਸੋ ਜਿਹੜੀ ਉਹਦੇ ਕੰਮ ਹੀ ਆਵੇ, ਹੋਰ ਕੋਈ ਚੀਜ਼ ਤੁਹਾਡੇ ਕੋਲ? ਹਾਂਜੀ ਹਾਂਜੀ ਜੀ, ਟੋਪੀ ਵਾਲੇ ਰਸ ਆਏ ਨੇ। ਟੋਪੀ ਵਾਲੇ ਰਸ ਗਰਮੀ 'ਚ ਕੀ ਕਰਨੇ ਨੇ ਭਾਵੇਂ ਉੱਥੇ ਪਹਿਲਾਂ ਹੀ ਗਰਮੀ? ਨਹੀਂ ਭਾਜੀ, ਉਹ ਸ਼ਾਮ ਨੂੰ ਟੋਪੀਆਂ ਲਾ ਦਿੰਦੇ ਆ। ਤੇ ਫਿਰ ਕੀ ਕਰਦੇ ਆ? ਫਿਰ ਸਾਫਾ ਲੈ ਲੈਂਦੇ। ਨਹੀਂ ਪਾਪੜ ਹੀ ਠੀਕ ਨੇ। ਕਿੰਨੇ ਪਾਪੜ ਨੇ? 101। ਨਹੀਂ ਇਹਨੂੰ ਕਿੰਨੇ ਦੇਣੇ ਨੇ? ਇੱਕ। ਪੁੱਛ ਲਓ ਸਹੀ ਪਾਪੜ ਹੈ ਕਿ ਮੈਨੂੰ ਵੇਲਣਾ ਪੈਣਾ, ਜਿਹੜੇ ਪਾਪੜ ਵੇਲਣੇ। ਨਹੀਂ ਨਹੀਂ ਪਾਪੜ ਆਉਣ ਦੇ ਨਾ ਕੁਛ ਆ ਹੀ ਰਿਹਾ ਨਾ। ਕੀ ਚੀਜ਼ ਦਾ ਕਰਾਉਂਦੇ ਯਾਰ, ਕੁਛ ਨਹੀਂ ਹੁੰਦਾ, ਕੁਛ ਆ ਹੀ ਰਿਹਾ। ਉਹ ਜੀ ਬਹੁਤ ਸ਼ੁਕਰੀਆ ਜੀ, ਲੈ ਤੂੰ ਇਮਰਾਨ ਖਾਨ ਸਾਹਿਬ ਦੇ ਲਾਗੇ ਲਾਗੇ ਤੇ ਪਹੁੰਚ ਗਿਆ। ਮਾਸ਼ਾਅੱਲਾ ਪਿੱਛੇ ਰਹਿ ਕੇ ਗਿਆ, ਇੱਕ ਪਾਪੜ ਇੱਕ ਮਰਤਬਾ ਨਾ ਗਿਆ। ਅਗਲੀ ਕਾਲ ਜੀ। ਅਗਲੀ ਕਾਲ ਆ ਰਹੀ ਹੈ ਮੇਰੇ ਖਿਆਲ ਤਰ੍ਹਾਂ, ਤੇ ਹਿੰਮਤ ਨਹੀਂ ਛੱਡਣੀ। ਹਾਂਜੀ ਹਾਂਜੀ ਜੀ, ਕੌਣ ਜੀ? ਸਲਾਮ ਅਲੈਕਮ। ਵਾਲੇ ਸਲਾਮ ਜਨਾਬ, ਸਲੀਮ ਗੱਲ ਕਰ ਰਿਹਾ ਜੀ। ਸਲੀਮ ਸਾਹਿਬ? ਹਾਂਜੀ ਹਾਂਜੀ, ਲੋਧਰਾ ਤੋਂ। ਲੋਧਰਾ ਜੀ? ਸਲੀਮ ਲੋਧਰਾ। ਲੋਧਰਾ ਇੱਕ ਮਰਤਬਾਨ ਇੱਕ ਪਾਪੜ। ਓਕੇ ਸਰ, ਜਲਦੀ ਜਰਾ ਦੱਸ ਦਿਓ ਕੀ ਤੁਸੀਂ ਦਿਓਗੇ? ਮਿੱਠਾ ਸਾਹਿਬ ਦਾ ਘਰ ਬਣਨ ਵਾਲਾ, ਦਰੋ ਦੀਵਾਰ ਬਣਨੀ ਆ, ਜਗ੍ਹਾ ਲੈਣੀ ਆ, ਸ਼ਾਦੀ ਕਰਾਉਣੀ ਆ, ਕਾਫੀ ਕੰਮ ਨੇ ਸਾਰਾ। ਤੁਹਾਡੇ ਭਰਾਵਾਂ ਤਾਂ ਹੀ ਆ, ਤੁਸੀਂ ਭਰਾਵਾਂ ਨੇ ਮਿਲ ਜੁਲ ਕੇ ਕਰਨਾ ਵਾ, ਮੈਂ ਮਾੜਾ ਬੰਦਾ ਦੇਖ ਲਓ, ਤੁਹਾਡੇ ਵਾਸਤੇ ਲੱਗੇ ਹੋਏ ਆ। ਹਾਂਜੀ ਹੁਕਮ ਜੀ। ਜੀ ਮੈਂ ਮਜਬੂਰੀਆਂ ਸਮਝਦਾ ਜੀ, ਮੈਂ ਇਹਨਾਂ ਵਾਸਤੇ ਇੱਕ ਜੋਗਰ ਭੇਜ ਰਿਹਾ ਜੀ। ਹਾਂ ਨਹੀਂ ਨਹੀਂ ਠੀਕ ਹੈ। ਅੱਛਾ ਜੀ, ਜੋਗਰ ਡੱਬੇ, ਡੱਬਾ ਤੁਸੀਂ ਡੱਬਾ ਸਮੇਤ ਭੇਜੋਗੇ? ਟੀ ਸੀ ਐਸ ਕਰੋਗੇ ਤੇ ਫਿਰ ਡੱਬਾ ਨਵੇਂ ਜੋਗਰ, ਕਿਉਂਕਿ ਖਰਾਬ ਹੋ ਜਾਣੇ ਨੇ ਇਦਾਂ। ਵੈਰੀ ਗੁੱਡ। ਨਹੀਂ ਨਹੀਂ ਜਨਾਬ, ਮੇਰੇ ਕੋਲ ਜੋਗਰ ਸੀ, ਉਹਦਾ ਇੱਕ ਪੈਰ ਗਵਾਚ ਗਿਆ, ਇੱਕ ਜਿਹੜਾ ਨਾ ਉਹ ਮੈਂ ਇਹਨਾਂ ਨੂੰ ਭੇਜ ਰਿਹਾ। ਉਹ ਤਾਂ ਫਿਰ ਕਿਸੇ ਜੋਗਰ ਨਾਲ ਨਾ ਰਹੇ, ਸਾਡੇ ਜੋਗਰ ਹੀ ਰਹੇ ਉਹ। ਇੱਕ ਪੈਰ ਮਤਲਬ ਉਹ ਕੈਦੋ ਆ, ਉਹ ਹੀਰ ਦਾ ਚਾਚਾ, ਕੋਈ ਆਪਣੇ ਆਪ ਖਿਆਲ ਕਰੋ, ਤੁਸੀਂ ਸਾਡਾ ਮਜ਼ਾਕ ਉਡਾ ਰਹੇ। ਇੱਕ ਜੋਗ ਯਾਰ, ਇੱਕ ਤਾਂ ਲੈ ਨਾ, ਦੂਜਾ ਉਹਦੇ ਨਾਲ ਦਾ ਕਿਤੋਂ ਲੱਭ ਜਾਏਗਾ, ਖੈਰ ਆ ਕੁਝ ਫੈਸ਼ਨ ਆ, ਠਹਿਰ ਜਾਓ। ਇੱਕ ਜੋਗਰ, ਮੇਰਾ ਨਾਮ ਜੋਗਰ, ਫਿਲਮ ਦੇਖੀ? ਠੀਕ ਆ ਜੀ, ਬਿਸਮਿਲ੍ਲਾ ਆਉਣ ਦਿਓ ਭਾਈ। ਇੱਕ ਜੋਗਰ, ਓਕੇ ਸਾਇਜ਼ ਕੀ ਉਹਦਾ? ਸਾਇਜ਼ ਜਨਾਬ ਕੋਈ ਨਹੀਂ, ਉਹਦਾ ਜਿੱਦਾਂ ਦਾ ਪੈਰ ਉਹਦੇ 'ਚ ਪਾਓ ਉੱਦਾਂ ਦਾ ਸਾਇਜ਼ ਆਪਣਾ ਕਰ ਲੈਂਦਾ, ਆਪਣਾ ਬੜਾ ਅੱਛਾ ਜੋਗਰ ਆ, 6, 7, 8, 9 ਸਾਰੇ ਨੰਬਰ ਉਹਦੇ 'ਚ ਸਾਇਜ਼ ਆ ਜਾਂਦਾ। ਮਤਲਬ ਕਿ 1.5-2 ਮਰਲੇ 'ਚ ਜੋਗਰ ਆ? ਨਹੀਂ ਨਹੀਂ, ਅਸੀਂ ਸਾਰੇ ਭਰਾਵਾਂ ਨੇ ਪੈਸੇ ਪਾ ਕੇ ਲਏ ਸੀ ਉਹ। ਤੇ ਫਿਰ ਬਾਕੀ ਭਰਾਵਾਂ ਨੂੰ ਪੁੱਛ ਲਓ, ਮੁੜ ਕੇ ਉਹ ਮਗਰ ਆ ਜਾਣ ਲੈਣ, ਕਿਉਂਕਿ ਤੁਹਾਡੇ ਕਾਫੀ ਹਿੱਸੇ ਪੈ ਗਏ ਨੇ ਜੋਗਰ 'ਚ। ਮਾਸ਼ਾਅੱਲਾ ਉਹ ਮਰਨ ਜੋਗ ਰਿਹਾ। ਆਹੋ, ਤੂੰ ਤਾਂ ਬਹੁਤ ਮਦਦ ਕਰਤੀ ਮੇਰੀ, ਤੂੰ ਤਾਂ ਮੈਨੂੰ ਬੋਲਣ ਜੋਗਾ ਨਹੀਂ ਛੱਡਿਆ। ਨਹੀਂ ਪਤਾ ਕੀ ਗੱਲ ਆ, ਤੁਸੀਂ ਕਿਉਂਕਿ 7-8 ਭਾਈਵਾਲ ਨੇ ਉਸ ਜੋਗਰ 'ਚ ਭਰਾ, ਤੇ ਤੁਸੀਂ ਆਪਣੀ ਮਰਜ਼ੀ ਨਾਲ ਇਹਨੂੰ, ਤੁਹਾਡੇ ਇਸ ਦਿਲ ਕਰੇ ਤਸਮਾ ਆਉਂਦਾ ਹੋਵੇ ਇਕੱਲਾ, ਤੇ ਮੁੜ ਕੇ ਅਸੀਂ ਇੱਥੇ ਤਸਮਾ ਚੁੱਕਦੇ ਫਿਰੀਏ ਕਿ ਭਾਈ ਅਸੀਂ ਉਹਨੂੰ ਚੋਰੀ ਨਹੀਂ ਕੀਤਾ ਕਿਤੋਂ। ਆਹੋ ਯਾਰ, ਲੈ ਆਉਣ ਹੀ ਗਿਆ ਨਾ ਕੁਛ। ਇੱਕ ਜੋਗਰ ਹੋ ਗਿਆ ਜੀ, ਇੱਕ ਪਾਪੜ ਹੋ ਗਿਆ, ਇੱਕ ਮੋਰੀ ਵਾਲਾ ਮਰਤਬਾ, ਸੁਰਾਖ ਵਾਲਾ ਮਰਤਬਾ ਢੱਕਣ ਤੋਂ ਬਗੈਰ ਵਾਲਾ, ਤਿੰਨ ਚੀਜ਼ਾਂ ਹੋ ਗਈਆਂ। ਅਗਲਾ ਬਿਸਮਿਲ੍ਲਾ। ਚਕਵਾਲ ਤੋਂ ਬੂਟਾ ਗੱਲ ਕਰ ਰਹੀ ਹੈ? ਚਕਵਾਲ ਤੋਂ ਬੂਟਾ? ਚਕਵਾਲ ਦਾ ਬੂਟਾ, ਚਕਵਾਲ ਦੇ ਲੋਕ ਚੰਗੇ ਹੁੰਦੇ ਆ, ਮਖਸੂਸ ਹੁੰਦੇ ਇਨਸਾਨੀ ਵਾਲੇ। ਹਾਂਜੀ ਸਰ। ਮੈਂ ਜਨਾਬ ਇਹਨਾਂ ਨੂੰ 12 ਸ਼ਲਵਾਰਾਂ ਕਮੀਜ਼ਾਂ ਦਾ ਅਤੀਆ ਦੇਣ ਦਾ ਐਲਾਨ ਕਰਦਾ। ਓਹੋ, ਲੈ ਜੀ, ਤੇਰੇ ਵਿਆਹ ਦੇ ਕੰਮ ਆਉਣਗੀਆਂ, ਦਾਜ 'ਚ ਲੱਗਣਗੀਆਂ। ਅੱਲਾ ਖੈਰ ਕਰੇ, ਮਾਸ਼ਾਅੱਲਾ। 12 ਸ਼ਲਵਾਰਾਂ ਕਮੀਜ਼ਾਂ, 12 ਸ਼ਲਵਾਰਾਂ ਕਮੀਜ਼ ਲਿਖ ਲਵਾਂ ਜਾਂ ਤੁਸੀਂ ਉਹ 'ਚ ਕੋਈ? ਨਹੀਂ ਨਹੀਂ, ਲਿਖੋ ਲਿਖੋ, ਲੇਕਿਨ ਇੱਕ ਥੋੜੀ ਜਿਹੀ ਗੱਲ ਸੁਣ ਲਓ। ਹਾਂਜੀ ਹਾਂਜੀ ਹਾਂਜੀ, ਨੇਫਿਆਂ ਤੋਂ ਬਗੈਰ ਲਿਖਣਾ, ਉਹਨਾਂ ਦੇ ਨੇਫੇ ਨਹੀਂ ਹੈ। ਨੇਫੇ? ਹਾਂਜੀ ਹਾਂਜੀ ਜੀ, ਨੇਫੇ, ਨੇਫਾ ਜਿਹਦੇ 'ਚ ਨਾਲਾ ਪਾਈਦਾ ਜੀ। ਜੀ, ਅੱਛਾ, ਤੁਸੀਂ ਉਹਦੀ ਜਗ੍ਹਾ ਕੋਈ ਦੂਜਾ ਨਵਾਂ ਸਟਾਈਲ ਕੀਤਾ ਹੋਏਗਾ? ਹਾਂਜੀ ਹਾਂਜੀ। ਕੀ? ਇੱਕ ਚੀਗਮ ਨਾਲ ਭੇਜ ਰਿਹਾ ਜੀ, ਉਹ ਉੱਪਰੋਂ ਲਵੇਟ ਕੇ ਬੰਨ ਲਿਆ ਕਰਨ ਉਹਦੇ ਨਾਲ। ਚੀਗਮ? ਸੋਨੂ ਚੀਗਮ, ਕਭੀ ਖੁਸ਼ੀ ਕਭੀ ਚੀਗਮ, ਚੀਗਮ ਉਠਾਣੇ ਕੇ ਲੀਏ ਮੈਂ ਤਾਂ ਜੀਏ ਜਾਊਂਗਾ। ਭੈਣ ਪਤਾ ਕੀ ਗੱਲ ਆ, ਉਹ ਮੈਂ ਉਹਨਾਂ ਨੂੰ ਕੋਈ ਦੱਸੋ ਜਿਹੜੀ ਰੋਦ। ਅੱਛਾ, 12 ਸ਼ਲਵਾਰਾਂ ਨੇਫੀਆਂ ਨੀ, ਕਮੀਜ਼ਾਂ? ਦੱਸਦਾ ਜੀ, ਲੇਕਿਨ ਜਿਹੜੀ ਸ਼ਲਵਾਰ ਦੀ ਥੱਲੜੀ ਜੇਬ ਹੁੰਦੀ ਨਾ ਜੀ ਜੀ, ਉਹਦੇ ਸਿਰਫ ਜ਼ਿੱਪਰ ਲੱਗੀ, ਕੱਪੜਾ ਹੈ ਨਹੀਂ ਥੱਲੇ। ਉਹ ਤੇ ਤੁਸੀਂ ਜ਼ਿੱਪ ਖੋਲ ਕੇ ਪੈਸੇ ਪਾਓਗੇ ਤਾਂ ਥੱਲੇ ਡਿੱਗ ਪੈਣਗੇ, ਉਹ ਕੱਪੜਾ ਲਵਾ ਲਾਂਗੇ। ਪੈਸੇ ਤੇ ਪਿਛਲੇ ਦੇ ਕੰਮ ਆਉਣਗੇ ਨਾ, ਮੇਰੇ ਕੰਮ ਤਾਂ ਨਾ ਆਏ, ਲਵਾ ਲਾਂਗੇ ਕੱਪੜਾ। ਅੱਛਾ, ਹੋਰ ਕੋਈ ਮਸਲਾ ਉਹਨਾਂ 'ਚ? ਹਾਂਜੀ ਨਹੀਂ, ਕੋਈ ਨਹੀਂ। ਕਮੀਜ਼ ਠੀਕ ਆ? ਕਮੀਜ਼ਾਂ ਠੀਕ ਨੇ, ਬਸ ਥੋੜਾ ਜਿਹਾ ਇੱਕ ਰੌਲਾ ਬਸ ਜੀ, ਵਿੱਚੋਂ ਕਈਆਂ ਦੀਆਂ ਨਾ ਇੱਕ ਇੱਕ ਬਾਹਾਂ ਹੈ ਨਹੀਂ। 12 ਦੀਆਂ ਜਾਂ ਇੱਕ ਦੀ? ਨਹੀਂ, 6 ਦੀਆਂ ਸਜੀਆਂ ਹੈ ਨਹੀਂ, 6 ਦੀਆਂ ਖੱਬੀਆਂ। ਅੱਛਾ, 6 ਦੀਆਂ ਬਾਹਾਂ ਇੱਧਰ ਹੈ ਨਹੀਂ, 6 ਦੀਆਂ ਇੱਧਰਲੀਆਂ ਬਾਹਾਂ ਹੈ ਨਹੀਂ। ਲਓ ਇਹ, ਮੈਨੂੰ ਭਾਵੇਂ ਪਤਾ ਲੱਗ ਗਿਆ ਕਮੀਜ਼ਾਂ ਸ਼ਲਵਾਰਾਂ ਕਿੱਥੋਂ ਲੈ ਕੇ ਆਏ। ਕਿੱਥੋਂ? ਇੱਥੇ ਬੰਬ ਚੱਲਿਆ ਨਾ, ਇਹ ਉੱਥੋਂ ਸਾਰਿਆਂ ਨੇ ਲਾਹ ਕੇ ਲੈ ਕੇ ਆਏ ਆ। ਯਾਰ ਕੀ ਬਕਵਾਸ ਕਰਨੇ ਆ, ਮਤਲਬ ਕਿ ਜ਼ਕਾਤ ਦੇਣ ਦਾ ਜ਼ਮਾਨਾ ਹੀ ਨਹੀਂ ਰਿਹਾ ਯਾਰ ਅੱਜ ਕੱਲ੍ਹ। ਅੱਛਾ, ਹੁਣ ਤੁਸੀਂ 12 ਦੀਆਂ 12 ਦੇਣੀਆਂ ਨੇ ਵਿੱਚੋਂ? ਹਾਂਜੀ, 12 ਹੀ ਦੇਣੀਆਂ ਨੇ। 12 ਭੇਜਣੇ, ਤੂੰ ਇੱਕ ਕੰਮ ਕਰੀ ਨਾ, 12 ਸ਼ਲਵਾਰਾਂ ਨੇ ਨਾ, 6 ਸ਼ਲਵਾਰਾਂ ਤੂੰ ਕਟਵਾ ਕੇ ਉਹਨਾਂ ਦੀਆਂ ਜੇਬਾਂ ਜੁਬਾਂ ਲਵਾ ਲਾ, ਨੇਫੇ ਬਣਵਾ ਲਾ,
6 ਕਮੀਜ਼ਾਂ ਦੀਆਂ ਇੱਧਰਲੀ ਬਾਂਹ ਲਵਾ ਕੇ ਨਾ, ਅਤੇ 6 ਜਿਹੜੀਆਂ ਇੱਧਰਲੀਆਂ ਨਹੀਂ ਉੱਧਰ ਲਵਾ ਲਾ, ਇੱਧਰ ਲਵਾ ਕੇ ਇੱਧਰ ਲਵਾ ਕੇ 6 ਉੱਤੇ ਕਰ ਲਾ, ਬਾਹਾਂ ਥੱਲੇ ਕਰਕੇ ਜੇਬਾਂ ਲਵਾ ਕੇ ਕੱਪੜਾ 6 ਜ਼ਾਇਆ ਕਰ ਦੇ, 6 ਪਾ ਕੇ 6 ਤੇਰੇ ਤਿਆਰ ਹੋ ਗਈ ਮਾਸ਼ਾਅੱਲਾ। ਬਹੁਤ ਸ਼ੁਕਰੀਆ ਜੀ, ਬਹੁਤ ਥੈਂਕ ਯੂ, ਕਹਿ ਦਾ ਸਦਕੇ ਦੇ ਕੱਛੂ ਕੋ ਮੇਰੇ ਘਰ ਤੁਹਾਡਾ ਮੂੰਹ, ਬਹੁਤ ਸ਼ੁਕਰੀਆ ਸਰ। ਸ਼ਲਵਾਰਾਂ ਕਮੀਜ਼ਾਂ, ਇੱਕ ਮਰਤਬਾਨ ਪਾਪੜ ਅਤੇ ਜੋਗਰ, ਜੋਗਰ ਇੱਕ ਜੋਗਰ ਬਈ ਠੀਕ ਆ। ਨੈਕਸਟ ਕਾਲਰ ਲਵੋ ਭਾਅ ਜੀ, ਮਾਸ਼ਾਅੱਲਾ ਮੈਂ ਗੱਡੀ ਦਾ ਵੀ ਡਾਲੇ ਦਾ ਵੀ ਕਹਿਣਾ ਨਾ ਸਮਾਨ ਲੈ ਜਾਣਾ, ਡਾਲਾ ਮੈਂ ਇੱਥੇ ਮੰਗਾ ਦੇਣਾ ਜੀ। ਅਸਲਾਮ ਵਾਲੇਕਮ ਜੀ, ਕੋਈ ਆਇਆ ਕਿ ਨਹੀਂ ਜੀ? ਅਸਲਾਮ ਵਾਲੇਕਮ, ਆ ਗਿਆ ਜੀ ਸਰ। ਹਾਂਜੀ ਕੌਣ ਸਾਹਿਬ, ਕਿੱਥੋਂ? ਕਾਸ਼ਫ ਬੋਲ ਰਿਹਾ ਭਾਜੀ, ਟੋਬਿਓ। ਕਾਸ਼ਫ ਟੋਬਾ, ਅਗਲੀ ਗੱਲ ਵੀ ਕਰ ਦੋਸਤਾ, ਸਾਨੂੰ ਪਤਾ ਹੀ ਤੂੰ ਕੀ ਦੇਣਾ। ਹਾਂਜੀ ਮੈਂ ਜੀ ਚੀਨੀ ਦੀ 100 ਬੋਰੀ ਦੀ ਇਮਦਾਦ ਕਰਨਾ ਚਾਹੁੰਦਾ। 100 ਬੋਰਾ ਅੱਲਾ, ਐ ਮੈਂ ਤੈਨੂੰ ਇਸੇ ਤੋਂ ਕਹਿੰਦਾ ਸਰ, ਸਬਰ ਕਰ। ਮਾਸ਼ਾਅੱਲਾ, ਸਾਰੇ ਇਦਾਂ ਦੇ ਰਹੀ ਹੁੰਦੇ ਵਿੱਚ ਕੋਈ ਆਣ ਕੇ। ਅੱਲਾ ਖੈਰ ਕਰੇਗਾ। 100 ਬੋਰਾ ਚੀਨੀ ਦਾ ਸਰ, ਇਹ ਤੇ ਮਤਲਬ 100 ਕਿਲੋ ਵਾਲੀ ਬੋਰੀ, ਇੱਕ ਬੋਰਾ ਹੁੰਦਾ, ਇੱਕ 50 ਕਿਲੋ ਵਾਲਾ ਤੋੜਾ ਹੁੰਦਾ, ਕਿਹੜਾ ਭੇਜੋਗੇ? ਭਾਜੀ ਮੈਂ ਬੋਰੇ ਭੇਜਣੇ, ਖਾਲੀ ਚੀਨੀ ਉਹਦੇ ਵਿੱਚ ਤੁਸੀਂ ਆਪ ਪਵਾਉਣੀ ਹੈ। ਕਹੋ ਆਉਣ ਦੇ, ਆਉਣ ਦੇ, ਆਉਣ ਦੇ, ਕਹੋ। 100 ਬੋਰਾ ਮਰੇ, 100 ਰੁਪਏ ਦਾ ਵੀ ਇੱਕ ਬੋਰਾ ਹੋਵੇ, 10,000 ਰੁਪਏ ਦੇ ਹੋ ਗਿਆ। 100 ਬੋਰਾ ਮੈਂ ਲਾਸ਼ਾਂ ਪਾਵਾ ਸੁੱਟਣੀਆਂ। ਅੱਛਾ 100 ਬੋਰਾ ਤੁਸੀਂ ਜਿਹੜਾ ਭੇਜੋਗੇ, ਉਹ ਨਵਾਂ ਬੋਰਾ ਭੇਜੋਗੇ? ਹਾਂਜੀ ਐ ਤਾਂ ਨਵਾਂ ਹੀ ਆ, ਪਰ ਦੋਵਾਂ ਪਾਸੋਂ ਖੁੱਲਾ ਹੋਏਗਾ। ਲਓ। ਹਾਂਜੀ, ਯਾਨੀ ਆਰ ਪਾਰ ਵੀ ਉਹਦੇ ਦਿਸਦਾ ਸਾਰਾ ਕੁਝ, ਨਵੇਂ ਤੋੜੇ ਨੇ, ਯਾਨੀ ਆਰ ਪਾਰ। ਜੀ ਜੀ, ਕਭੀ ਯਾਰ ਕਭੀ ਪਾਰ ਲਗਾ ਤੀਰੇ ਨਜ਼ਰ। ਉਹ ਬੋਰੇ ਨਹੀਂ, ਉਹ ਗੁਲਾਬ ਹੋਣੇ ਆ ਜਿਹੜੇ ਥੱਲੜੀਆਂ ਸਲਾ, ਤੂੰ ਸਿੱਧੇ ਹੀ ਇਹ ਪਾਇਰ, ਮਾਫੀ ਦਿਓ, ਕੀ ਮਜ਼ਾਕ ਤੇ ਅਸੀਂ ਮਤਲਬ ਤੁਹਾਨੂੰ ਸਵਾ ਕੇ ਵਾਪਸ ਭੇਜਣੇ ਆ? ਨਹੀਂ ਨਹੀਂ ਬਾਜੀ, ਉਹ ਸਾਡੇ ਵੱਲੋਂ ਅਮਦਾਦ ਤੁਹਾਨੂੰ। ਉਹ ਯਾਰ ਅਮਦਾਦ ਕਿਹੜੀ ਅਮਦਾਦ ਆ ਯਾਰ, ਚੱਲ ਠੀਕ ਆ, ਖੈਰ ਕਿਸੇ ਕੋਲ ਸਬੂਤ ਹੀ ਅਮਦਾਦ ਨਹੀਂ, ਬਹੁਤੇ ਤੇ ਵਿਕਣਗੇ ਨਾ। ਹਾਂ ਤੁਸੀਂ ਕਸਮ ਹੀ ਮੇਰਾ ਮਜ਼ਾਕ ਬਣਾਉਂਦਾ ਹੈ। 100 ਤੋੜਾ, ਦੋਵਾਂ ਮੂੰਹ ਖੁੱਲੇ ਵਾਲਾ, ਦੋਵਾਂ ਪਾਸਿਓ। ਓਕੇ ਯਾਰ, ਮਿੱਠੇ ਯਾਰ ਤੂੰ ਗੁੱਸਾ ਨਾ ਕਰ, ਖੁਦਾ ਦਾ ਨਾਮ। ਮਾਸ਼ਾਅੱਲਾ ਮੈਂ ਤਾਂ ਪਰੇਸ਼ਾਨ ਹੋ ਗਿਆ। ਬੰਦੇ ਆਉਣਗੇ, ਬੰਦੇ ਆਉਣਗੇ, ਕਦੋਂ ਆਉਣਗੇ? ਆਉਣਗੇ ਆਣਗੇ, ਕੱਲ੍ਹ ਆ ਗਿਆ। ਅਸਲਾਮ ਵਾਲੇਕਮ ਜੀ। ਵਾਸਲਾਮ। ਹਾਂਜੀ ਵਾਲਕਮ ਸਲਾਮ, ਤੁਹਾਡੇ ਕੋਲ ਕੀ ਆ ਜੀ? ਤੁਹਾਡੇ ਕੋਲ ਵੀ ਲੈ ਲੈਣ ਦੀ ਜੁੱਤੀ, ਪੁਰਾਣਾ ਗੱਲਾ, ਟੁੱਟੀ ਸਾਈਕਲ, ਜੁੱਤੀ ਦਾ ਪੈਰ, ਪਾਪੜ, ਕੋ ਰਿਮੋਟ ਦੇ ਸੈੱਲ, ਕੋ ਰਿਮੋਟ ਦੇ ਬੈਕ ਸਾਈਡ ਤੇ ਬੈਠ, ਕੀ ਤੁਹਾਡੇ ਕੋਲ ਇਹੀ ਕੁਝ ਹੋਣਾ? ਬਾਹਰ ਤੇ ਜਾ, ਮਾਫੀ ਦੇ ਦਿਓ ਭਾਰ, ਘੰਟਾ ਹੋ ਗਿਆ, ਤੁਸੀਂ ਮੈਨੂੰ ਜ਼ਰੀਰ ਕਰੋ ਯਾਰ। ਤੂੰ ਅੱਗੇ ਤੇ ਦੇਖ ਲੈ ਕੌਣ ਆ, ਅੱਗੇ ਵੀ ਇਹੀ ਕੁਝ ਹੀ ਆ, ਪਿੱਛੇ ਕੀ? ਹੈਲੋ ਜੀ ਭਾਜੀ, ਸੌਰੀ ਸਰ, ਮਾਲਕ ਸਲਾਮ ਅਲੈਕਮ ਸਰ। ਬਸ ਸਾਹਿਬ ਜਨਾਬ, ਇਹ ਤਾਂ ਜਜ਼ਬਾਤੀ ਹੋ ਗਏ ਨੇ, 1,00,000 ਰੁਪਈਆ। ਲੈ ਜੀ ਜੀ, 1,00,000 ਰੁਪਈਆ ਆ ਗਿਆ। ਮੈਂ ਤੈਨੂੰ ਕਹਿ ਤੇ ਬਕ ਮਾਫੀ ਮੰਗ ਪਹਿਲੇ ਜਿਹੜੀਆਂ ਗੱਲਾਂ। ਸੌਰੀ ਭਾਜੀ, ਜਿਹੜੀ ਮੈਂ ਆਪਣਾ ਜਿਹੜੇ ਲਫਾਜ਼ ਤੁਹਾਨੂੰ ਬੋਲੇ ਮੈਂ ਵਾਪਸ ਲੈਣਾ ਵਾ। ਮਾਜ਼ਰਤ ਸਰ, ਤੁਸੀਂ ਮਾਸ਼ਾਅੱਲਾ ਬਹੁਤ ਅੱਛੇ ਇਨਸਾਨ ਹੋ ਸਰ, ਥੋੜਾ ਜਿਹਾ ਮੈਂ ਬਸ ਇਮੋਸ਼ਨਲ ਹੋ ਗਏ ਸੀ ਸਰ, ਤਰ੍ਹਾਂ ਥੋੜਾ ਮਾੜਾ ਆਦਮੀ ਆ ਜੀ। 1,00,000 ਰੁਪਈਆ? ਅੱਛਾ ਹਾਂ ਜੀ ਜੀ ਜੀ, ਉਹ ਨਾ ਕੱਲ ਦਾ ਚੋਰੀ ਹੋ ਗਿਆ ਮੇਰਾ ਜਨਾਬ। ਅੱਛਾ, ਹੋਰ ਵੀ ਹੋਣਗੇ ਤੁਹਾਡੇ ਕੋਲ ਉਸ ਤੋਂ ਇਲਾਵਾ? ਨਹੀਂ ਜਨਾਬ, ਮੈਂ ਤੇ ਇਸ ਤੋਂ ਫੋਨ ਕੀਤਾ ਕਿ ਜਿਹੜੀਆਂ ਤੁਹਾਨੂੰ ਚੀਜ਼ਾਂ ਇਕੱਠੀਆਂ ਹੋ ਰਹੀਆਂ ਇਹ ਅੱਧੀਆਂ ਮੈਨੂੰ ਦੇ ਦਿਓ, ਮੈਨੂੰ ਵੀ ਬਹੁਤ ਲੋੜ ਆ। ਹਾਂਜੀ ਬਸ ਆ ਗਿਆ, ਉਹਨਾਂ ਸ਼ਾਵਾਂ ਦਾ ਵੀ ਅੱਧ, ਉਹਨਾਂ ਦਾ ਵੀ ਗਾਹਕ ਆ ਗਿਆ, ਇਹਨੂੰ ਦੇ ਦਿਓ ਸਾਰਾ ਕੁਛ। ਵੀਰੇ ਆ ਕੇ ਮੇਰੇ ਵਾਲੀ ਜਗ੍ਹਾ ਤੇ ਬਹਿ ਜਾ, ਸਾਨੂੰ ਬਹੁਤ ਟਰੱਕਾਂ ਦੇ ਟਰੱਕ ਇਕੱਠੇ ਹੋਣ ਡਏ ਆ। ਓਏ ਤੂੰ ਮੈਨੂੰ ਤਈਬੁਰ ਦੁਕਾਨ ਨੇ ਅੰਦਾਜ਼ ਭੇਜਤੀ, ਉਹ ਤੋਂ ਵੀ ਅੱਖ ਰੱਖ ਲਈਆ ਤੂੰ, ਜਾ ਫੋਨ ਕੱਟ ਮੇਰਾ ਭਾਈ। ਯਾਰ ਤੂੰ ਟੈਖੇ ਜਦਾ ਕਿਉਂ ਪਿਆ ਵਾ? ਉਹ ਨਹੀਂ, ਇਹ ਤਾਂ ਵੀ ਆਦਤ ਤੇ ਨਜ਼ਰ ਲੱਗ। ਅੱਛਾ ਕੁਛ ਨਹੀਂ ਦਾ, ਠਹਿਰ ਅਕਾਲ ਕੱਟੋ ਯਾਰ, ਨਥੀ ਕਰਾਓ, ਅਗਲਾ ਕਾਲ ਲਾ ਲੈਂਦੇ। ਹੈਲੋ, ਹੈਲੋ, ਸਲਾਮ ਅਲੈਕਮ। ਵਾ ਸਲਾਮ, ਇਦਾਂ ਕਰਦੇ ਆ ਜਿਵੇਂ ਅੱਲਾ ਮਾਫੀ ਦੇਵੇ ਤੇ ਆਪਣਾ ਗੁਰਦਾ ਵੀ ਸਾਨੂੰ ਦੇ ਦੇਣਾ। ਬਹੁਤ ਜਾਨ ਨਿਸਾਰ ਆ। ਠਹਿਰ ਜਾ, ਇੱਕ ਵੀ ਬੰਦਾ ਆ ਗਿਆ ਨਾ, ਮੈਨੂੰ ਉਸ ਬੰਦੇ ਦੀ ਤਲਾਸ਼ ਆ, ਮੈਂ ਜਿਹੜਾ ਮੈਂ ਸੋਚਿਆ, ਇੱਕ ਵੀ ਆ ਗਿਆ ਤੇਰੀਆਂ ਨਸਲਾਂ ਸਮਰ ਜਾਣਗੀਆਂ। ਮੈਨੂੰ ਵੀ ਇਹੀ ਕਿ ਇੱਕ ਵੀ ਬੰਦਾ ਮਰਿਆ। ਨਹੀਂ ਨਹੀਂ, ਚੜਦਾ ਨਹੀਂ ਕਰਨਾ ਜੀ। ਸਰ ਕੌਣ ਸਾਹਿਬ? ਮੀਆਂ ਆਸਫ ਬੋਲ ਰਿਹਾ ਜੀ, ਸ਼ੇਖੂਪੁਰੇ ਤੋਂ। ਮੀਆਂ, ਮੀਆਂ ਵੱਡੇ ਅਮੀਰ ਹੁੰਦੇ ਆ, ਮੀਆਂ ਆਸਫ ਦੇਖ ਲੈਣ ਲੱਗਦੇ। ਮੈਂ ਸ਼ੇਖੂਪੁਰੇ ਤੋਂ ਮੀਆਂ ਆਸਫ ਸਾਹਿਬ। ਮੀਆਂ ਆਸਫ ਸਾਹਿਬ, ਕੀ ਤੁਸੀਂ ਕਰੋਗੇ? ਸਾਡਾ ਭਰਾ ਬੜਾ ਮਜਬੂਰ ਆ ਵਿਚਾਰਾ। ਜੀ ਜੀ ਸਰ, 20 ਛੱਤ ਵਾਲੇ ਪੱਖੇ ਬਸ ਲੈ ਜਾਓ। ਮਾਸ਼ਾਅੱਲਾ, ਵਾਹ, ਇਹ ਆ ਗਈ ਨਾ ਗੱਲ, 20 ਪੱਖੇ ਸ਼ੇਖੂਪੁਰੇ ਬਣਦੇ ਨੇ ਪੱਖੇ, ਉਹ ਰੋਡ 'ਤੇ, ਸ਼ੇਖੂਪੁਰਾ ਰੋਡ 'ਤੇ ਸਾਰੇ ਪੱਖੇ। ਸਰ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ 20 ਪੱਖੇ ਮਤਲਬ ਭੇਜੋਗੇ, ਔਰ ਇਸ ਵਿਚਾਰੇ ਦਾ ਚਲੋ ਕੋਈ ਘਰਾਂ 'ਚ, ਛੱਤਾਂ 'ਚ ਜਾਂ ਕੋਈ ਸ਼ਾਦੀ ਹੋਣੀ, ਜੇਲ੍ਹ 'ਚ ਲੱਗ ਜਾਣਗੇ ਪੱਖੇ। ਬਹੁਤ ਸ਼ੁਕਰੀਆ ਸਰ, ਅਤੇ ਕਿੱਥੋਂ ਅਸੀਂ ਮੰਗਵਾਈਏ? ਆ ਨਹੀਂ ਨਹੀਂ ਭੈਣ, ਤੁਸੀਂ ਮੰਗਵਾਉਣੇ ਨਹੀਂ, ਤੁਸੀਂ ਆਪ ਜਾ ਕੇ ਲਾਉਣੇ ਨੇ ਮਸਜਿਦਾਂ ਦੇ ਵਿੱਚੋਂ। ਹੈਂਜੀ, 20 ਪੱਖੇ? ਨਹੀਂ 30 ਵੀ ਲਾ ਲਓ, ਮੈਨੂੰ ਕਾਹਦੀ ਟੈਨਸ਼ਨ ਹੈ। ਅਤੇ ਅਸੀਂ 40 ਲਾ ਲਾਂਗੇ। ਤੈਨੂੰ ਇਤਰਾਜ਼ ਕੋਈ ਨਹੀਂ, ਮਤਲਬ ਤੈਨੂੰ ਜ਼ਿੰਮੇਦਾਰੀ ਕੋਈ ਨਹੀਂ, ਅਸੀਂ ਭਾਵੇਂ 60 ਲਾ ਲਈਏ, ਜਦੋਂ ਲਾਉਣੇ ਸੀ ਆਪਣੀ ਜ਼ਿੰਮੇਦਾਰੀ ਨਾਲ, ਆਪਣੀ ਹਿੰਮਤ ਨਾਲ ਲਾਉਣੇ ਮਸਜਿਦ 'ਚੋਂ, ਉਹਨਾਂ ਦੇ ਘਰ 'ਚੋਂ। ਤੂੰ ਕਾਲ ਕਰਕੇ ਨਹੀਂ, ਇਸ ਗੱਲੋਂ ਮੈਂ ਤੇਰੇ ਨਾਲ ਹਾਂ, ਉਹਨੇ ਕੋਈ ਦਿੱਤਾ ਹੀ ਕੁਛ ਨਹੀਂ, ਤੂੰ ਦਿੱਤਾ ਵੀ ਕੁਛ ਨਹੀਂ। ਮੇਰੀ ਗੱਲ ਸੁਣੋ, ਤੁਸੀਂ ਮਤਲਬ ਕੀ ਸਾਨੂੰ ਸਮਝਿਆ? ਨਾ ਉਹ ਮਤਲਬ ਮੈਂ ਸਲਾਬ 'ਚੋਂ ਬਚਿਆ ਵਾਂ, ਤੁਸੀਂ ਮੈਨੂੰ ਕਿੱਦਾਂ ਦੀਆਂ ਚੀਜ਼ਾਂ ਦੇਣ ਡਏ?
ਚੱਲ ਕੰਮ ਕਰ ਜਾ ਕੇ ਆਪਣਾ ਫਾਇਰ ਮਾਫੀ ਤੋਂ ਕਿਹੜਾ ਨਹੀਂ ਜਾਣਾ ਛੱਡੋ ਯਾਰ ਅੱਛਾ ਤੇ ਮੈਂ ਇਹਦਾ ਕੀ ਕਰਾਂ ਸਮਾਨ ਦਾ ਇਹਦਾ ਕੀ ਹੈ ਕੀ ਸਮਾਨ ਕੀ ਦੱਸੋ ਜਰਾ ਆ ਜੋਗਰ ਇੱਕ ਜਿਹੜਾ ਦਾ ਕੀ ਕਰਾਂ ਇਹ ਜੋਗਰ ਤੁਸੀਂ ਕਰ ਲੈ ਜਿਹੜੇ ਪਾਣੀ ਪਾ ਕੇ ਮੱਛੀਆਂ ਰੱਖ ਲਿਓ ਵਿੱਚ ਉਹ ਯਾਰ ਬਾਤ ਤੇਰੇ ਕੰਮ ਦੀ ਪਾਪੜ ਪਾਪੜ ਖਰਾਬ ਹੋ ਜਾਣੇ ਪਾਪੜ ਦੀ ਪੱਖੀ ਬਣਾ ਲਿਓ ਹੋਰ ਦੱਸੋ ਉਹ ਯਾਰ ਅੱਲਾ ਦੇ ਬੰਦੇ ਮੇਰੀ ਗੱਲ ਸੁਣ ਟੋਪੀ ਵਾਲੇ ਰਸ ਵੀ ਆ ਟੋਪੀ ਵਾਲਾ ਰਸ ਜਦੋਂ ਕਿਤੇ ਤਬਲੀਗ ਤੇ ਗਏ ਨਾ ਸਿਰ ਤੇ ਲੈ ਜਾਓ ਟੋਪੀ ਵਾਲਾ ਰਸ ਐਡਾ ਟੋਪੀ ਵਾਲਾ ਰਸ ਤੂੰ ਉਹ ਯਾਰ ਮੇਰੀ ਗੱਲ ਗੱਲ ਬਲਾ ਕਰ ਲਿਓ ਜਾਣ ਦੇ ਉਹ ਯਾਰ ਨਹੀਂ ਪਾ ਉਹ ਗੱਲ ਤਾਂ ਸੁਣ ਮਿੱਠੇ ਨਹੀਂ ਪਾ ਪਾ ਠੀਕ ਆ ਕਾਲ ਆ ਹੈਲੋ ਅਸਲਾਮ ਅਲੈਕਮ ਜੀ ਵਾਲੇਕਮ ਅਸਲਾਮ ਜੀ ਸਰ ਜੀ ਜੀ ਰਾਸ਼ਦ ਗੱਲ ਕਰ ਰਹੇ ਰਾਸ਼ਦ ਸਾਹਿਬ ਕਿੱਥੋਂ ਗੱਲ ਕਰ ਰਹੇ ਨੇ ਮਿੱਠੇ ਮੈਂ ਜਨਾਬ ਗੋਜਰੇ ਤੋਂ ਹਾਂਜੀ ਹੁਕਮ ਸਰ ਉਹ ਭਾਜੀ ਆ ਮਿੱਠੇ ਨੂੰ ਕਹੋ ਪਰੇਸ਼ਾਨ ਨਾ ਹੋਵੇ ਟੈਨਸ਼ਨ ਨਾ ਲਵੇ ਓਏ ਠੀਕ ਆ ਹਾਂਜੀ ਹੁਕਮ 30,000 ਇੱਟ 30,000 ਇੱਟ ਹਾਂਜੀ ਦੋ ਗੱਡੀਆਂ ਰੇਤਾ ਦੀਆਂ ਦੋ ਗੱਡੀਆਂ ਰੇਤਾ ਦੀਆਂ ਇੱਕ ਗੱਡੀ ਸੀਮਟ ਦੀ ਇੱਕ ਗੱਡੀ ਸੀਮਟ ਦੀ ਦੋ ਟਨ ਸਰੀਆ ਇੱਕ ਮਿੰਟ ਪਾਇਨ ਜੀ ਜੀ ਕੌਣ ਮੈਂ ਮਿੱਠਾ ਵਾਸ਼ਰੂਮ ਕਰਨ ਗਿਆ ਸੀ ਮੈਂ ਤਾਂ ਜਾਣ ਕੇ ਤੁਹਾਨੂੰ ਮੈਂ ਕਿਹਾ ਮੈਂ ਜੱਖੀ ਜਿਹਾ ਖੁਸ਼ੀ ਨੂੰ ਜਾ ਰਿਹਾ ਸੀ ਮਜ਼ਾਕ ਕਰ ਰਹੀ ਤੁਹਾਨੂੰ ਪਾਇਨ ਅੱਛਾ ਜੀ ਅੱਗੇ ਪਾਇਨ ਨਹੀਂ ਕੱਖ ਨਹੀਂ ਕੱਖ ਨਹੀਂ ਅੱਗੇ ਉਹ ਵੈਸੇ ਸ਼ੁਕਰ ਲੱਗੇ ਮੇਰੇ ਦੋਸਤ ਆ ਮੇਰੇ ਇੱਕ ਦੋਸਤ ਨੇ ਮਕਾਨ ਬਣਾਉਣਾ ਉਹਦੀ ਗੱਲ ਹੋ ਰਹੀ ਚੱਲ ਦਫਾ ਹੋ ਜਾ ਮੈਂ ਸੁਣ ਰਿਹਾ ਸੀ ਪਾਇਨ ਤੈਨੂੰ ਕਹਿਣ ਲਿਆ ਕਿ ਯਾਦ ਦੇ ਵਿੱਚ ਮਾੜ ਇਹਦਾ ਹੀ ਮੈਂ ਇੰਤਜ਼ਾਰ 'ਚ ਸਾਂ ਇਸ ਬੰਦੇ ਦੇ ਮੈਂ ਇੰਤਜ਼ਾਰ 'ਚ ਸਾਂ ਸਹੀ ਫਿਰ ਮੈਂ ਕਹਿ ਰਿਹਾ ਸਾਂ ਸਬਰ ਕਰ ਲਾ ਉਹਦੀਆਂ ਗੱਲਾਂ ਦੇ ਬੜਾ ਮਜ਼ਾ ਆਉਂਦਾ ਜੀ ਅੱਛਾ ਭੈਣ ਸਾਰਾ ਸਮਾਨ ਜਿਹੜਾ ਮਤਲਬ ਇਹਨੇ 10-15,000 ਇੱਟ ਟਨ ਸਰੀਆ ਇਹ ਉਹ ਸਾਰਾ ਕੁਛ ਇਹ ਅਸੀਂ ਆਪ ਮੰਗਾਉਣਾ ਜਾਂ ਤੁਸੀਂ ਭੇਜ ਦਿਓਗੇ ਉਹ ਵੀ ਮਿਹਰਬਾਨੀ ਸਾਡੇ ਤੇ ਕਰੋਗੇ ਅਗਲੀ ਗੱਲ ਸੁਣੋ ਤੁਹਾਨੂੰ ਮਜ਼ਾ ਆਏਗਾ ਜਨਾਬ ਠੀਕ ਹੈ ਮੈਂ ਕਹਿ ਰਿਹਾ ਕਿ ਮੈਂ ਤੁਹਾਨੂੰ ਐਸਟੀਮੇਟ ਦਿੱਤਾ ਕਿ ਤੁਹਾਡਾ ਤੁਹਾਡੀਆਂ ਇੰਨੀਆਂ ਕਿ ਚੀਜ਼ਾਂ ਨਹੀਂ ਲੱਗ ਜਾਣੀਆਂ ਨੇ ਜਿਹੜਾ ਇਹਨੇ ਮਕਾਨ ਬਣਾਉਣਾ ਜੀ ਜੀ ਉਹ ਤੇ ਇੰਨਾ ਕੁ ਲੱਗ ਜਾਣਾ ਹਾਂਜੀ ਬਿਲਕੁਲ ਯਾਨੀ ਤੁਸੀਂ ਸਾਨੂੰ ਦੱਸ ਰਹੇ ਆ ਹਾਂਜੀ ਤੁਸੀਂ ਨਾ ਇਹ ਜਿਹੜਾ ਵੀ ਐਸਟੀਮੇਟ ਲਾਇਆ ਨਾ ਮਕਾਨ ਤੇ ਸਰੀਆ ਸੀਮਟ ਬਜਰੀ ਰੇਤ ਇਹਦਾ ਨਾ ਤੁਸੀਂ ਆਪਣਾ ਡਬਲ ਸਟੋਰੀ ਮਕਬਰਾ ਬਣਾ ਲਓ ਦਰਬਾਰ ਟੈਪ ਤਾਂ ਕਿ ਨਾ ਤੁਹਾਡੇ ਲੋਕ ਤੁਰਬਤ ਤੇ ਦੁਆਵਾਂ ਕਰਨ ਉੱਤੇ ਵੀ ਦੁਆ ਕਰਨ ਉਤਲੀ ਮੰਜ਼ਿਲ ਤੇ ਵੀ ਦੁਆ ਥੱਲੀ ਮੰਜ਼ਿਲ ਤੇ ਵੀ ਦੁਆ ਤੇਰੀ ਮੈਂ ਲਾਸ਼ ਮੈਨੂੰ ਤੂੰ ਟੱਕਰ ਕਿਸੇ ਪਾਸੇ ਤੂੰ ਕਿੱਡੇ ਝਕਾਵੇਂ ਦੇ ਨਾਲ ਮੈਨੂੰ ਵਾਪਸ ਬੁਲਾਇਆ ਵਾ ਤੇ ਮੈਂ ਤਾਂ ਬੜਾ ਖੁਸ਼ ਹੋ ਗਿਆ ਸੀ ਕਿ ਬੰਦੇ ਨੇ ਮੇਰੀ ਬੜੀ ਇਮਦਾਦ ਕਰ ਦੇਣੀ ਆ ਤੂੰ ਕਿੱਡਾ ਮੈਨੂੰ ਆਈਡੀਆ ਦੇ ਦਿਆਂ ਤੂੰ ਤੇਰੇ ਕੋਲ ਸਿਰਫ ਆਈਡੀਆ ਤੇਰੇ ਕੋਲ ਆਪਣਾ ਮਕਾਨ ਮਕੂਰ ਹੈ ਕਿ ਨਹੀਂ ਦੱਸ ਮੈਨੂੰ ਉਹ ਚਲਾ ਗਿਆ ਵਾ ਚਲਾ ਗਿਆ ਮਿੱਠਾ ਵੀ ਚਲਾ ਗਿਆ ਫਿਰ ਭਾਂ ਯਾਰ ਮਿੱਠੇ ਗੱਲ ਸੁਣ ਲੈ ਯਾਰ ਇਹ ਨਾ ਅਮਦਾਦ ਲੈਣ ਲਈ ਵੀ ਜਿਗਰਾ ਚਾਹੀਦਾ ਵਾ ਉਹਦੇ 'ਚ ਹੌਸਲਾ ਹੀ ਨਹੀਂ ਅਮਦਾਦ ਲੈਣ ਦਾ ਅਮਦਾਦ ਐਵੇਂ ਕਿਤੇ ਲਈ ਜਾਂਦੀ ਅੱਲਾ ਮਾਵੇ ਇਹਨੂੰ ਮੈਂ ਲੈ ਦੇਣੀ ਸੀ ਕੋਈ ਨਾ ਕੋਈ ਬੰਦਾ ਆ ਜਾਣਾ ਸੀ ਨਾਜ਼ਰੀਨ ਨਾਜ਼ਰੀਨ ਬਹੁਤ ਸ਼ੁਕਰੀਆ ਆਪਣਾ ਬਹੁਤ ਖਿਆਲ ਰੱਖਣਾ ਮੇਰਾ ਜ਼ਕਾਤੀਆ ਹੀ ਦੌੜ ਗਿਆ